ਸੋ ਦਰਸ਼ਕੋ, ਤੁਸੀਂ ਵੇਖ ਰਹੇ ਜੇ ਕਿ ਇਲੈਕਸ਼ਨ ਦੀ ਗਿਣਤੀ ਮਿਣਤੀ ਦਿੱਲੀ ਦੇ ਵਿੱਚ ਹੋ ਰਹੀ ਆ, ਪਰ ਪੰਜਾਬੀ ਤੁਹਾਨੂੰ ਵੇਖਿਆ ਕਿ ਪੰਜਾਬੀ ਦਾ ਇੱਕ ਸੁਭਾਅ ਆ ਕਿ ਇਹਨਾਂ ਨੂੰ ਪਤਾ ਹੁੰਦਾ ਸਾਰਾ ਇਹ ਪਹਿਲਾਂ ਹੀ ਖੁਸ਼ੀਆਂ ਮਨਾ ਰਹੇ ਆ। ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖ ਰਹੇ ਜੇ ਇਸ ਵੇਲੇ ਇਹ ਕੇਜਰੀਵਾਲ ਸਾਹਿਬ ਦੀ ਜਿੱਤ ਦੇ ਜਸ਼ਨ ਮਨਾ ਰਹੇ ਆ। ਆਓ ਉਹਨਾਂ ਨਾਲ ਗੱਲਬਾਤ ਵੀ ਕਰਕੇ ਵੇਖਦੇ ਹਾਂ। ਹਾਂਜੀ ਮਾਇਕ, ਕੀ ਕਹੋਗੇ ਅੱਜ? ਅੱਜ ਦੀ ਜਿੱਤ ਬਾਰੇ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ। ਹਾਂਜੀ, ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੂੰ ਜਿੱਤ ਹੋਈ ਹੈ ਜੀ। ਅੱਛਾ ਜੀ, ਦਿੱਲੀ ਦੇ ਵਿੱਚ ਜਿਹੜੇ ਕੰਮ ਕੀਤੇ ਗਏ ਨੇ ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ, ਔਰ ਲੇਡੀਜ਼ ਦਾ ਜਿਹੜਾ ਕਿਰਾਇਆ ਬੱਸਾਂ ਦਾ ਮੈਟਰੋ ਦੇ ਵਿੱਚ ਫ੍ਰੀ ਕੀਤਾ ਗਿਆ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਵਿਕਾਸ ਦੇ ਕੰਮ ਜਿਹੜੇ ਨੇ, ਡੋਪ ਡਿਲੀਵਰੀ ਜਿਹੜੀ ਘਰਾਂ ਦੇ ਵਿੱਚ ਪਹੁੰਚਾਈ ਜਾ ਰਹੀ ਹੈ, ਉਹਨਾਂ ਕੰਮਾਂ ਦੇ ਉੱਤੇ ਕੇਜਰੀਵਾਲ ਸਾਹਿਬ ਜੀ ਨੂੰ ਵੋਟਾਂ ਪਈਆਂ ਨੇ ਜੀ। ਆਮ ਆਦਮੀ ਪਾਰਟੀ ਦੀ ਬੜੀ ਤਗੜੀ ਜਿੱਤ ਹੈ, ਔਰ ਉਸ ਤੋਂ ਬਾਅਦ 2022 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਵੀ ਹੁੰਝਾ ਫੇਰ ਜਿੱਤ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਪੂਰੀ ਹੋਏਗੀ ਜੀ। ਆ ਬੜਾ ਵਧੀਆ ਗਾਣਾ ਲਗਾ ਹੈ, ਵੀ ਦੱਬਿਆ ਨਹੀਂ ਜਾਂਦਾ, ਵਾਕਈ ਸਹੀ ਗੱਲ ਹੈ ਜੀ। ਇਹ ਬਿਲਕੁਲ ਇਹ ਦੱਬਦਾ ਕਿੱਥੇ ਹੈ, ਇਹ ਸਾਡਾ ਭਗਵੰਤ ਮਾਨ, ਬੜਿਆ ਜਾਣਿਆ ਜ਼ੋਰ ਲਾਇਆ ਇਹਨੂੰ ਦਬਾਉਣ ਲਈ, ਪਰ ਇਹ ਦੱਬਦਾ ਕਿੱਥੇ ਆ? ਭਗਵੰਤ ਮਾਨ ਨਹੀਂ ਕਿਸੇ ਦੇ ਦੱਬਿਆ ਦੱਬਦਾ, ਨਾ ਕੇਜਰੀਵਾਲ ਦੱਬਿਆ ਦੱਬਦਾ। ਆਮ ਗੱਲ ਸੁਣੀ ਆ, ਕਹਿੰਦੇ ਆ ਵੀ ਕੇਜਰੀਵਾਲ ਨਹੀਂ ਬੋਲਦਾ, ਉਹਦੇ ਕੰਮ ਬੋਲਦੇ ਆ। ਬਿਲਕੁਲ ਜੀ, ਉਹਦੇ ਕੰਮ ਬੋਲਦੇ ਆ, ਸੋ ਲੋਕ ਆਪ ਦੱਸਦੇ ਆ। ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਸਰ, ਇਹ ਆਮ ਆਦਮੀ ਪਾਰਟੀ ਜਿੱਤ, ਆਮ ਲੋਕਾਂ ਦੀ ਜਿੱਤ ਹੈ, ਬੱਚਿਆਂ ਦੀ ਜਿੱਤ ਹੈ, ਸਕੂਲ ਦੀ ਜਿੱਤ ਹੈ, ਸ਼ਿਕਸ਼ਾ ਦੀ ਜਿੱਤ ਹੈ, ਉਸ ਤੋਂ ਸਵਾਸਥ ਦੀ ਜਿੱਤ ਹੈ, ਬਿਜਲੀ ਪਾਣੀ ਦੀ ਜਿੱਤ ਹੈ। ਲੋਕ ਜਿੰਨਾ ਚਾਹ ਕਰਕੇ ਵੋਟਾਂ ਪਾਈਆਂ ਵਾ, ਓਨਾ ਹੀ ਸਾਰੇ ਦੇਸ਼ 'ਚ ਆਵਾਜ਼ ਆਏਗੀ, ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਆਏਗੀ। ਆਉਣ ਵਾਲੇ ਸਮੇਂ 'ਚ ਕੀ ਲੱਗਦਾ ਜੀ, ਕਿਸ ਤਰ੍ਹਾਂ ਲੱਗੂਗਾ? ਆਉਣ ਵਾਲੇ ਸਮੇਂ 'ਚ ਜੀ ਦਿੱਲੀ ਜਿੱਤੀ ਆ, ਹੁਣ ਪੰਜਾਬ ਦੀ ਵਾਰੀ ਆ। ਪੰਜਾਬ ਦੇ ਲੋਕ ਵੀ ਜਾਗ ਉੱਠੇ ਆ ਦਿੱਲੀ ਦੀਆਂ ਸਹੂਲਤਾਂ ਵੇਖ ਕੇ, ਵੀ ਦੁਨੀਆ 'ਚ ਪਹਿਲੇ ਜਿਹੜੇ ਮੁੱਖ ਮੰਤਰੀ ਹੋਏ ਨੇ ਜਿਨ੍ਹਾਂ ਨੇ ਦਿੱਲੀ 'ਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਵਾ, ਅਤੇ ਹੁਣ ਦਿੱਲੀ ਤੋਂ ਸਾਨੂੰ ਬਹੁਤ ਵਧੀਆ ਪਬਲਿਕ ਨੇ ਜਿੱਤ ਦਿੱਤੀ ਆ ਕੰਮਾਂ ਨੂੰ ਵੇਖ ਕੇ। ਅਤੇ ਹੁਣ ਮੈਂ ਪੰਜਾਬ ਦੀ ਪਬਲਿਕ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਕੇਜਰੀਵਾਲ ਦੇ ਕੰਮ ਤੋਂ ਸੰਤੁਸ਼ਟ ਹੋਏ ਜੇ, ਹੁਣ ਤੁਸੀਂ ਕੇਜਰੀਵਾਲ ਸਾਹਿਬ ਦਾ ਹੋਰ ਸਾਥ ਦਿਓ, ਤਾਂ ਜੋ ਅਸੀਂ ਪੰਜਾਬ ਦੇ ਵਿੱਚ ਵੀ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕੀਏ, ਅਤੇ ਲੋਕਾਂ ਪੰਜਾਬੀਆਂ ਨੂੰ ਵੀ ਵੱਧ ਤੋਂ ਵੱਧ ਦਿੱਲੀ ਵਾਂਗ ਸਹੂਲਤਾਂ ਦੇ ਸਕੀਏ ਜੀ। ਲੋਕ ਜੋ ਤੁਸੀਂ ਵੇਖਦੇ ਆ, ਮੈਂ ਹੀ ਵੇਖਿਆ ਪੰਜਾਬ ਦੇ ਵਿੱਚ ਕਿ ਉਹ ਅੱਕੇ ਪਏ ਆ ਜਿਸ ਤਰ੍ਹਾਂ ਹੈਗੇ ਆ, ਅਤੇ ਕੀ ਆਉਣ ਵਾਲੇ ਸਮੇਂ 'ਚ ਆਪਾਂ ਆਸ ਰੱਖਾਂਗੇ ਕਿ ਕੇਜਰੀਵਾਲ ਦੀ ਬਦੌਲਤ ਇੱਥੇ ਏਕਾ ਹੋ ਜਾਊਗਾ ਆਉਣ ਵਾਲੇ 'ਚ? ਆਸ ਨਹੀਂ ਜੀ, ਪੂਰਾ ਵਿਸ਼ਵਾਸ ਆ ਜੀ, ਹੋਜੂਗਾ 100% ਪੂਰਾ ਏਕਾ ਇੱਥੇ ਹੋਏਗਾ ਜੀ। ਪੰਜਾਬ ਦੇ ਵਿੱਚ ਹੁੰਝਾ ਫੇਰ ਜਿੱਤ ਜਿਹੜੀ ਹੈ ਉਹ ਅਸੀਂ ਪ੍ਰਾਪਤ ਕਰਾਂਗੇ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਤੋਂ, BJP ਤੋਂ, ਅਕਾਲੀ ਦਲ ਤੋਂ ਬਹੁਤ ਦੁਖੀ ਨੇ। ਇਸ ਕਰਕੇ ਇੱਥੇ ਤੀਜਾ ਬਦਲ ਜਿਹੜਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦਾ, ਇਸ ਪੰਜਾਬ ਦੇ ਵਿੱਚ ਆਏਗਾ ਅਤੇ ਪੰਜਾਬ ਦਾ ਸੁਧਾਰ ਹੋਏਗਾ, ਕਿਉਂਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ, ਨਸ਼ਾ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਇਹਨਾਂ ਵਗਾਇਆ ਹੈ। ਇਸ ਕਰਕੇ ਆਮ ਆਦਮੀ ਪਾਰਟੀ ਆਏਗੀ, ਪੰਜਾਬ ਦਾ ਜਿਹੜਾ ਸੁਧਾਰ ਪੂਰੀ ਤਰ੍ਹਾਂ ਹੋਏਗਾ ਜੀ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਾਂ ਫੈਕਟਰੀਆਂ ਇੱਥੇ ਬਿਲਕੁਲ ਖਤਮ ਹੋ ਗਈਆਂ, ਇਹ ਕੁਝ ਸੋਚ ਪਾਇਆ? ਬਿਲਕੁਲ ਜੀ, ਪੰਜਾਬ ਦੇ ਵਿੱਚ ਹਰ ਨੌਜਵਾਨ ਨੂੰ ਨੌਕਰੀ ਮਿਲੇਗੀ ਜੀ, ਬੇਰੁਜ਼ਗਾਰੀ ਖਤਮ ਹੋਏਗੀ, ਵਿਕਾਸ ਵਿਕਾਸ ਅਤੇ ਇਹ ਨਹੀਂ ਵਿਕਾਸ ਕੀ ਗਲੀਆਂ ਨਾਲੀਆਂ ਬਣਾਉਣੀਆਂ, ਉਹਨਾਂ ਦਾ ਵਿਕਾਸ ਆ। ਲਾਈਟ ਇੰਨੀ ਮਹਿੰਗੀ ਹੋ ਗਈ, ਲਾਈਟ ਦਾ ਕੋਈ ਮੈਂ ਨਾ ਜੀ ਬੇੜਾ ਗਰਕ ਹੋਇਆ ਇਹਨਾਂ ਸਰਕਾਰਾਂ ਦਾ। ਕਾਂਗਰਸ ਸਰਕਾਰ ਨੇ, ਤੁਸੀਂ ਦਿੱਲੀ ਦੇ ਵਿੱਚ ਵੇਖੋ, 200 ਯੂਨਿਟ ਜਿਹੜੀ ਹੈ ਉਹ ਫ੍ਰੀ ਬਿਜਲੀ ਹੈ, 400 ਯੂਨਿਟ ਦੇ ਉੱਤੇ ਸਬਸਿਡੀ ਮਿਲ ਰਹੀ ਹੈ, ਲੇਕਿਨ ਪੰਜਾਬ ਦੇ ਵਿੱਚ 10 ਰੁਪਏ ਯੂਨਿਟ ਜਿਹੜੀ ਹੈ ਉਹ ਬਿਜਲੀ ਦਾ ਰੇਟ ਹੈ। ਔਰ ਕੈਪਟਨ ਸਾਹਿਬ ਇੱਥੋਂ ਦਿੱਲੀ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ 550 ਸਮਾਰਟ ਸਕੂਲ ਮੈਂ ਇੱਥੇ ਖੋਲ੍ਹ ਦਿੱਤਾ ਹੈ, 11 ਲੱਖ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ, ਔਰ 4 ਰੁਪਏ ਯੂਨਿਟ ਇੱਥੇ ਮੈਂ ਬਿਜਲੀ ਦੇ ਰਿਹਾ। ਤੁਸੀਂ ਦੱਸੋ, ਅਸੀਂ ਸਾਰੇ ਪੰਜਾਬ 'ਚ ਰਹਿੰਦੇ ਹਾਂ, ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ, ਕਿਸ ਬੰਦੇ ਨੂੰ 4 ਰੁਪਏ ਯੂਨਿਟ ਬਿਜਲੀ ਜਿਹੜੀ ਇੱਥੇ ਮਿਲ ਰਹੀ ਹੈ? ਸਠਿਆ ਗਿਆ ਉਹ, ਔਰ ਉਹ ਬਖਲਾ ਗਿਆ। ਜਿੰਦਾਬਾਦ।
ਕਹਿੰਦਾ ਦਿੱਲੀ 'ਚ ਸਕੂਲਾਂ ਦਾ ਸਮਾਰਟ ਸਕੂਲ ਬੜੇ ਬੜੇ ਸੋਹਣੇ ਵੇਖਣ ਨੂੰ ਮਿਲਦੇ ਆ, ਅਤੇ ਅਸੀਂ ਆਸ ਰੱਖਾਂਗੇ ਕਾਂਗਰਸ ਉਹ ਕੇਜਰੀਵਾਲ ਸਾਹਿਬ ਇੱਥੇ ਵੀ ਸੋਚ। ਦੇਖੋ ਜੀ, ਲੋਕ ਕੇਜਰੀਵਾਲ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਸਾਥ ਦੇਣ। ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਸਿਸਟਮ ਹੈ, ਉਸੇ ਤਰ੍ਹਾਂ ਹੀ ਉੱਥੇ ਸਰਕਾਰੀ ਸਕੂਲਾਂ ਦਾ ਸਿਸਟਮ ਹੋਇਆ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਸਮਾਰਟ ਸਕੂਲ ਬਣਾਇਆ ਜਾਏਗਾ, ਨਵੇਂ ਰੁਜ਼ਗਾਰ ਇੱਥੇ ਪੈਦਾ ਕੀਤੇ ਜਾਣਗੇ। ਕਿਸੇ ਨੂੰ ਕਿਸੇ ਚੀਜ਼ ਦੀ ਘਬਰਾਉਣ ਦੀ ਲੋੜ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰਾ ਬਹੁਮਤ ਲੈ ਕੇ ਪੰਜਾਬ ਦੇ ਵਿੱਚ ਆਏਗੀ ਔਰ ਹਰ ਚੀਜ਼ ਦਾ ਇੱਥੇ ਸੁਧਾਰ ਕਰੇਗੀ। ਲੋਕਾਂ ਨੂੰ ਮੈਸੇਜ ਦਿਓ। ਮੈਸੇਜ ਮੇਰਾ ਲੋਕਾਂ ਨੂੰ ਇਹੀ ਹੈ ਕਿ ਇਹਨਾਂ ਰਵਾਇਤੀਆਂ ਪਾਰਟੀਆਂ ਨੂੰ ਤੁਸੀਂ ਛੱਡ ਦਿਓ, ਇਹਨਾਂ ਕੋਲ ਕੁਛ ਨਹੀਂ ਮਿਲਣਾ, ਕਿਉਂਕਿ 70 ਸਾਲਾਂ ਦੇ ਵਿੱਚ ਇਹਨਾਂ ਅਜੇ ਤੱਕ ਕੁਛ ਨਹੀਂ ਦਿੱਤਾ। ਹੁਣ ਇੱਕ ਜਿਹੜੀ ਆਪਣਾ ਕਿਰਨ ਹੈ, ਜਾਗੀ ਹੈ ਅਰਵਿੰਦ ਕੇਜਰੀਵਾਲ ਦੇ ਨਾਂ ਦੀ, ਉਸ ਇਨਸਾਨ ਨੂੰ ਆਪਣਾ ਸਾਥ ਦੇ ਕੇ ਆਉਣ ਵਾਲੇ 2022 ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ। 22 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਔਰ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦਾ ਭਵਿੱਖ ਵੱਲ ਵੇਖੋ। ਉਹਨਾਂ ਦਾ ਭਵਿੱਖ ਇਸ ਵੇਲੇ ਕਿੱਥੇ ਹੈ? ਲੋਕ ਬਾਹਰ ਨੂੰ ਭੱਜੀ ਜਾ ਰਹੇ ਨੇ, ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਨੇ। ਇੱਥੇ ਰੁਜ਼ਗਾਰ ਪੈਦਾ, ਜਿਹੜਾ ਆਮ ਆਦਮੀ ਪਾਰਟੀ ਜਦੋਂ ਸਰਕਾਰ ਇੱਥੇ ਬਣੇਗੀ ਹਰ ਚੀਜ਼ ਦੀ ਸਹੂਲਤ ਜਿਹੜੀ ਹੈ ਇੱਥੇ ਮਿਲੇਗੀ। ਧੰਨਵਾਦ ਜੀ। ਦੇਖੋ, ਦਿੱਲੀ ਦੇ ਵਿੱਚ ਸੱਚਾਈ ਦੀ ਜਿੱਤ ਹੋਈ ਹੈ, ਇਮਾਨਦਾਰੀ ਦੀ ਜਿੱਤ ਹੋਈ ਹੈ ਅਤੇ ਸੱਚੇ ਜਿਹੜੇ ਜੋ ਕੰਮ ਕੀਤੇ ਕੇਜਰੀਵਾਲ ਨੇ ਉਹਦੀ ਜਿੱਤ ਹੋਈ ਹੈ। ਅਤੇ ਲੋਕਾਂ ਨੇ ਮਤਲਬ ਦੱਸ ਦਿੱਤਾ ਵਾ ਕਿ ਦਿੱਲੀ ਦਾ ਜਿਹੜਾ ਬੇਟਾ ਹੈ ਉਹ ਅਰਵਿੰਦ ਕੇਜਰੀਵਾਲ ਹੈ। ਅਤੇ ਮਤਲਬ ਕਿ ਅਸੀਂ ਬਹੁਤ ਖੁਸ਼ ਹਾਂ ਅਤੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਅਤੇ ਅਸੀਂ ਜਿਹੜੀ ਹੈ ਕੀ ਕਹਿੰਦੇ ਜਿੱਤ ਦੀ ਖੁਸ਼ੀ ਮਨਾ ਰਹੇ ਹਾਂ। ਦੂਜੀਆਂ ਸੇਠੀ ਸਾਹਿਬ ਨੇ ਬਹੁਤ ਆਮ ਆਦਮੀ ਪਾਰਟੀ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿਸ ਤਰ੍ਹਾਂ ਲੱਗ ਰਿਹਾ ਯਾਰ? ਅਰੇ, ਮੈਨੂੰ ਤਾਂ ਇੱਦਾਂ ਜਾਪਦਾ ਕਿ ਡੈਮੋਕ੍ਰੇਸੀ ਦੀ ਜਿੱਤ ਹੋਈ ਹੈ। ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ, ਕਿਸੇ ਵੀ ਨੇਤਾ ਨੇ ਆਪਣੇ ਕੰਮ ਦੇ ਆਧਾਰ 'ਤੇ ਲੋਕਾਂ ਕੋਲੋਂ ਵੋਟਾਂ ਦੀ ਮੰਗ ਕੀਤੀ ਹੈ ਅਤੇ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਈ ਹੈ। ਔਰ ਅੱਜ ਤੱਕ ਦੀ ਮੋਦੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਦੀ ਪੁਰਾਣੀ ਸਿਆਸੀ ਅਗਰ ਦੇਖ ਲਈਏ ਤਾਂ ਸਭ ਤੋਂ ਵੱਡੀ ਉਹਨਾਂ ਦੀ ਹਾਰ ਹੋਈ ਹੈ। ਔਰ ਇਸ ਚੀਜ਼ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਹਿੰਦੁਸਤਾਨ ਦਾ ਮਾਹੌਲ ਚੇਂਜ ਕਰੇਗਾ, ਬਾਕੀ ਸਟੇਟਾਂ ਦੇ ਵਿੱਚੋਂ ਵੀ BJP ਦਾ ਜਿਹੜਾ ਛੁਟਕਾਰਾ ਹੋਏਗਾ, ਪੰਜਾਬ ਦਾ ਮਾਹੌਲ ਚੇਂਜ ਹੋਊਗਾ। ਦੇਖੋ, ਪੰਜਾਬ ਦੇ ਲੋਕ ਬਹੁਤ ਤੰਗ ਨੇ, ਇੱਥੋਂ ਦੇ ਨੇਤਾ ਨੇ ਭੋਲੇ ਵਾਲੇ ਲੋਕਾਂ ਨੂੰ ਝੂਠੇ ਮੈਨੀਫੈਸਟੋ ਜਾਰੀ ਕਰਕੇ ਧੋਖੇ 'ਚ ਰੱਖ ਕੇ ਵੋਟਾਂ ਲਿੱਤੀਆਂ ਨੇ। ਪਹਿਲੇ ਚੀਫ ਮਿਨਿਸਟਰ ਨੇ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਆਪਣੇ ਮੈਨੀਫੈਸਟੋ ਨੂੰ ਪੂਰਾ ਕੀਤਾ, ਬੇਸਿਕ ਕਮੈਂਟਰੀਜ਼ ਪੂਰੀਆਂ ਕੀਤੀਆਂ, ਲੋਕਾਂ ਨੂੰ ਹੈਲਥ, ਲੋਕਾਂ ਦੀ ਐਜੂਕੇਸ਼ਨ ਸਭ ਕੁਝ ਫਰੀ ਦਿੱਤਾ। ਇੱਥੋਂ ਦੇ ਚੀਫ ਮਿਨਿਸਟਰ ਨੇ ਜਿੰਨੇ ਵਾਅਦੇ ਕੀਤੇ ਸੀ ਉਹ ਇੱਕ ਝੂਠਾ ਅਤੇ ਫਰੋਡ ਸਾਬਿਤ ਹੋਇਆ। ਔਰ ਸਾਡੀ ਜਿਹੜੀ ਲੀਗਲ ਟੀਮ ਹੈ ਉਹ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਅਤੇ ਜਿਹੜੇ ਉਹਨੇ ਝੂਠੇ ਮੈਨੀਫੈਸਟੋ ਦੇ ਲੋਕਾਂ ਨਾਲ ਵਾਅਦੇ ਕਰਕੇ ਵੋਟ ਲਿੱਤੇ ਸੀ ਉਹਦੇ ਖਿਲਾਫ਼ ਅਸੀਂ ਉੱਥੇ ਫੌਜਦਾਰੀ ਕਾਰਵਾਈ ਕਰਾਂਗੇ। ਉਹਨੇ ਜਿਹੜੀ ਲੋਕਾਂ ਨਾਲ ਕ੍ਰਿਮੀਨਲ ਬ੍ਰੀਚ ਆਫ ਟਰੱਸਟ ਕੀਤੀ ਹੈ, ਜਿਹੜੀ ਉਹਨੇ ਲੋਕਾਂ ਨੂੰ ਚੀਟ ਕੀਤਾ, ਫਰੋਡ ਕੀਤਾ, ਝੂਠ ਬੋਲ ਕੇ ਵੋਟ ਲਿੱਤੇ ਹੈ। ਅਸੀਂ ਕੋਈ ਐਸਾ ਅਗਰ ਸਾਨੂੰ ਪੰਜਾਬ ਵਿੱਚ ਮੌਕਾ ਮਿਲੇਗਾ ਅਸੀਂ ਐਸਾ ਕਾਨੂੰਨ ਜ਼ਰੂਰ ਬਣਾਵਾਂਗੇ ਕਿ ਜਿਹੜੇ ਸਿਆਸਤਦਾਨ ਝੂਠੇ ਵਾਅਦੇ ਕਰਕੇ ਸਿਆਸਤ ਜਾਂ ਰਾਜ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅਗਰ ਉਹ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਹਨਾਂ ਨੂੰ ਸਜ਼ਾ ਦੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਖਿਲਰੀ ਪਈ ਆ, ਨਹੀਂ ਇਕੱਠੀ ਹੋਣ ਦੀ ਆਸ ਆ? ਇਹੋ ਜਿਹਾ ਮਾਹੌਲ ਬਣ ਗਿਆ ਕਿ ਜਿਹੜੇ ਸਾਥੀ ਸਨ ਛੱਡ ਕੇ ਗਏ ਆ ਉਹ ਸਾਨੂੰ ਫਿਰ ਆ ਕੇ ਗਲੇ ਮਿਲਣਗੇ। ਸਾਡੀ ਦਿੱਲੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਸਾਨੂੰ ਫਿਰ ਲੀਡ ਕਰੇਗੀ, ਪੰਜਾਬ ਦੇ ਬੜੇ ਅੱਛੇ ਅੱਛੇ ਨੇਤਾ ਸਾਡੀ ਪਾਰਟੀ ਨੂੰ ਜੁਆਇਨ ਕਰਨਗੇ ਕਿਉਂਕਿ ਸਾਡੇ ਵਿੱਚ ਕੋਈ ਕਰਪਸ਼ਨ ਨਹੀਂ ਹੈ, ਸਾਡੇ ਵਿੱਚ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈਗੀ ਹੈ। ਜਿਹੜਾ ਵੀ ਲੀਡਰ ਇਸ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਬਿਨਾਂ ਆਪਣੇ ਇੰਟਰਸਟ ਦੇ
ਕੰਮ ਕਰਨਾ ਚਾਹੁੰਦਾ ਹੈ ਉਹ ਸਾਰੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਵੈਲਕਮ ਕਰੇਗੀ। ਸਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਿਖਰ ਨਹੀਂ ਰਹੀ, ਨਿਖਰ ਰਹੀ ਹੈ। ਦਿੱਲੀ ਦੇ ਜਿਵੇਂ ਤੁਸੀਂ ਕੰਮ ਵੇਖਦੇ ਪਏ, ਉਹ ਕੰਮ ਵੇਖ ਕੇ ਸਾਡੇ ਨਾਲ ਹੋਰ ਬੰਦੇ ਜੁੜਨ ਡੇ, ਕਿੰਨਾ ਕਿੰਨਾ ਜੱਥਾ ਸਾਡੇ ਨਾਲ ਰੋਜ਼ ਜੁੜਨ ਡਿਆ। ਤੁਸੀਂ ਅਖਬਾਰਾਂ ਪੜ੍ਹੋ, ਤੁਸੀਂ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਬਿਖਰ ਰਹੀ ਹੈ, ਪਾਰਟੀ ਨਿਖਰ ਰਹੀ ਹੈ ਪੰਜਾਬ ਵਿੱਚ। ਜਿਵੇਂ ਦਿੱਲੀ 'ਚ ਕੰਮ ਹੋ ਰਹੇ, ਉਹਦਾ ਮਾਡਲ ਆਪਾਂ ਪੰਜਾਬ 'ਚ ਸ਼ੋਅ ਕੀਤਾ, ਉਹਨਾਂ ਜਿਤਨਾ ਦਿੱਲੀ 'ਚ ਆਪਾਂ ਕੀਤਾ ਹੈ ਉਹ ਪੰਜਾਬ 'ਚ ਕਰਾਂਗੇ। ਆਪਾਂ ਦੂਜੀਆਂ ਪਾਰਟੀਆਂ ਵਾਂਗ ਝੂਠੇ ਲਾਰੇ ਨਹੀਂ ਲਾਏ ਕਿ ਆਪਾਂ ਕਰਾਂਗੇ ਅਤੇ ਕੀਤਾ ਵੀ ਕੱਖ ਨਹੀਂ। ਆਪ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਇਹ ਅਰਵਿੰਦ ਕੇਜਰੀਵਾਲ ਜੀ ਪਹਿਲੇ CM ਨੇ ਆਪਣੇ ਦੇਸ਼ ਦੇ, ਜਿਨ੍ਹਾਂ ਨੇ ਆਪਣਾ ਰਿਪੋਰਟ ਕਾਰਡ ਵਿਖਾ ਕੇ ਵੋਟਾਂ ਲਈਆਂ। ਕੋਈ ਵੀ CM ਜਾਂ ਕੋਈ ਵੀ ਮੰਤਰੀ ਐਸਾ ਨਹੀਂ ਆਇਆ ਅੱਜ ਤੱਕ ਜਿਹਨੇ ਆਪਣਾ ਰਿਪੋਰਟ ਕਾਰਡ ਵਿਖਾਇਆ ਹੋਵੇ। ਮਤਲਬ ਜਿੰਨੇ ਕੰਮ ਕੀਤੇ ਨੇ ਉਹ ਕੰਮ ਕਰਕੇ ਫਿਰ ਵੋਟਾਂ ਮੰਗੀਆਂ, ਅਦਰਵਾਈਜ਼ ਉਹਨਾਂ ਵੋਟਾਂ ਨਹੀਂ ਮੰਗੀਆਂ। ਸੋ ਇਸ ਕਰਕੇ ਜੇ ਉਹਨਾਂ ਦਿੱਲੀ ਜਿੱਤੀ ਹੈ, ਇਸੇ ਤਰ੍ਹਾਂ ਪੰਜਾਬ ਵੀ ਜਿੱਤਾਂਗੇ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਅੱਜ ਦਿੱਲੀ ਦੇ ਵਿੱਚ ਜਿੱਦਾਂ ਆਮ ਪਾਰਟੀ ਨੇ ਵੋਟਾਂ ਖੜੀਆਂ, ਮੈਂ ਨਾ ਬਹੁਤ ਹੀ ਵਧੀਆ ਇਹਨਾਂ ਰੁਝਾਨ ਦੇ ਨਾਲ ਸੀਟਾਂ ਕੱਢੀਆਂ ਨੇ, ਔਰ ਮੋਦੀ ਜੀ ਨੂੰ ਦੱਸ ਦਿੱਤਾ ਕਿ ਅਸੀਂ ਦਿੱਲੀ ਦੇ ਵਿੱਚ ਆਪਣੀ ਸਰਕਾਰ ਨੂੰ ਹੋਰ ਉੱਤੇ ਲੈ ਕੇ ਜਾਵਾਂਗੇ, ਆਉਂਦੇ ਆ ਪੰਜਾਬ ਦੇ ਵਿੱਚ ਵੀ ਆਏਗੀ। ਬਹੁਤ ਹੀ ਵਧੀਆ, ਮੈਂ ਇਹਨਾਂ ਨੂੰ ਵਧਾਈ ਦਿੰਦਾ, ਆਪਣਾ ਸਾਰਿਆਂ ਨੂੰ, ਕੇਜਰੀਵਾਲ ਸਾਹਿਬ ਨੂੰ, ਜਿਨ੍ਹਾਂ ਨੇ ਬਹੁਤ ਵਧੀਆ ਇਮਾਨਦਾਰੀ ਨਾਲ ਇਹ ਸੀਟਾਂ ਦਿੱਲੀ 'ਚ। ਹਾਂਜੀ, ਲੱਗ ਰਿਹਾ ਜੀ, ਲੱਗ ਰਿਹਾ ਜੋ ਪਰਿਵਰਤਨ 72 ਸਾਲਾਂ ਦੇ ਵਿੱਚ ਹਿੰਦੁਸਤਾਨ 'ਚ 1947 ਤੋਂ ਹੁਣ ਤੱਕ ਨਹੀਂ ਆਇਆ ਹੈਗਾ, ਉਹ ਪਰਿਵਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ। ਲਾਸਟ 5 ਸਾਲਾਂ ਦੇ ਵਿੱਚ ਪਹਿਲੀ ਵਾਰੀ ਇੱਕ CM ਹੈ ਜੀ ਜਿਹੜਾ ਕਿ ਹਿੰਦੁਸਤਾਨ ਦੇ ਅੱਗੇ ਦਿੱਲੀ ਦੇ ਵਾਸੀਆਂ ਨੂੰ ਅਪੀਲ ਕਰ ਰਿਹਾ, ਅਗਰ ਮੈਂ ਕੰਮ ਕੀਤਾ ਤਾਂ ਵੋਟ ਪਾਇਆ, ਨਹੀਂ ਤਾਂ ਮੈਨੂੰ ਵੋਟ ਨਾ ਪਾਇਓ। ਕਿਆ ਬਾਤ ਹੈ, ਅਤੇ ਇਸ ਤਰ੍ਹਾਂ ਦੀ ਰਾਜਨੀਤੀ 29 ਸਟੇਟਸ ਆ ਹਿੰਦੁਸਤਾਨ 'ਚ, ਸਾਰੀਆਂ ਜਗ੍ਹਾ 'ਤੇ ਇਸੇ ਤਰ੍ਹਾਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਕਿਸਨੇ ਕਿੰਨੀ ਆਸ ਹੈ ਪੰਜਾਬ ਦੇ ਵਿੱਚ? ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਲੋਕਾਂ ਨੂੰ ਲੋੜ ਹੈ, ਆਸ ਵੀ ਹੈ ਆਮ ਆਦਮੀ ਪਾਰਟੀ ਦੀ ਇੱਕ ਇੰਡੀਪੈਂਡੈਂਟ ਪੂਰਨ ਸਟੇਟ ਮਿਲ ਜਾਵੇ, ਅਤੇ ਜਿਹਨਾਂ ਅਸੀਂ ਵਧੀਆ ਕੰਮ ਕਰ ਸਕੀਏ। ਮੇਰੇ ਨਾਲ ਇਸ ਵੇਲੇ ਕੁਲਦੀਪ ਸਿੰਘ ਧਾਰੀਵਾਲ, ਜਿਨ੍ਹਾਂ ਨੇ ਸੰਸਦ ਦੀ ਇਲੈਕਸ਼ਨ ਵੀ ਲੜੀ ਸੀ। ਇਸ ਵੇਲੇ ਕੇਜਰੀਵਾਲ ਸਾਹਿਬ ਦੀ ਜਿੱਤ ਹੋ ਰਹੀ ਹੈ, ਕਹਿ ਰਹੇ ਆ ਕਿ ਉਹਨਾਂ ਕਰਕੇ ਇੱਕ ਅੰਮ੍ਰਿਤਸਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ। ਆਪਾਂ ਧਾਰੀਵਾਲ ਸਾਹਿਬ ਨਾਲ ਗੱਲ ਕਰਦੇ ਹਾਂ, ਕਿਸ ਤਰ੍ਹਾਂ ਲੱਗ ਰਿਹਾ ਜੀ? ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜੀ, ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਜੀ, ਪਹਿਲੀ ਵਾਰ ਇੱਕ ਨਵਾਂ ਬਦਲਾਅ ਜਿਹੜਾ ਜੀ ਉਹ ਆਇਆ, ਜਦੋਂ ਹਿੰਦੁਸਤਾਨ ਦੇ ਪੋਲੀਟੀਸ਼ੀਅਨਾਂ ਨੇ 70 ਸਾਲ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਜਿਹੜਾ ਸਿਆਸਤਾਂ ਦਾ ਆਨੰਦ ਮਾਣਿਆ ਸੀਗਾ, ਹੁਣ ਸਿਆਸਤਦਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਹਿਸਾਬ ਕਿਤਾਬ ਦੇਣਾ ਪਊਗਾ। ਜਿੱਦਾਂ ਅਰਵਿੰਦ ਕੇਜਰੀਵਾਲ ਜੀ ਨੇ 5 ਸਾਲ ਦਾ ਕੰਮ ਕਰਕੇ ਹਿਸਾਬ ਕਿਤਾਬ ਦਿੱਤਾ, 5 ਸਾਲ ਦੇ ਕੰਮਾਂ ਦੇ ਆਧਾਰ ਦੇ ਉੱਤੇ ਇੰਡੀਅਨ ਪੋਲੀਟਿਕਸ ਦੇ ਵਿੱਚ ਪਹਿਲੀ ਵਾਰ ਕਿਸੇ ਲੀਡਰ ਨੇ ਕਿਹਾ ਕਿ ਜੇ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਪਾਇਓ, ਜੇ ਨਹੀਂ ਕੀਤੇ ਤਾਂ ਨਾ ਪਾਇਓ। ਇਸ ਕਰਕੇ ਇੰਡੀਅਨ ਪੋਲੀਟਿਕਸ ਦੇ ਵਿੱਚ ਦਿੱਲੀ ਦੀ ਜਿੱਤ ਦੇ ਨਾਲ ਬਹੁਤ ਵੱਡਾ ਬਦਲਾਅ ਆਏਗਾ, ਔਰ ਪੰਜਾਬ ਦੇ ਅੰਦਰ ਪੰਜਾਬ ਦੇ ਜਿਹੜੇ ਕਾਂਗਰਸੀ ਲੀਡਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਟੀਮ ਜਿਹੜੀ ਹੈ, ਸੁਖਬੀਰ ਬਾਦਲ ਹੋਣਾ ਦੀ ਜਿਹੜੀ ਟੀਮ ਹੈ, ਇਹਨਾਂ ਨੇ ਪਿਛਲੇ 25-30 ਸਾਲਾਂ ਤੋਂ ਲੋਕਾਂ ਨੂੰ ਬਹੁਤ ਮੂਰਖ ਬਣਾਇਆ ਸੀਗਾ, ਔਰ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ, ਨਸ਼ਾ ਬੰਦ, ਕਰਜ਼ੇ ਮਾਫ਼,
ਇਸ ਸਭ ਇਹਨਾਂ ਨੂੰ ਹਿਸਾਬ ਕਿਤਾਬ ਦੇਣਾ ਪਊਗਾ। ਔਰ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਾਨ ਨਾਲ ਜਿੱਤੂ। ਔਰ ਪੰਜਾਬ ਪਾਰਟੀ ਬਿਲਕੁਲ ਇੱਕ ਹੀ ਰਹੂਗੀ, ਆਉਣਾ ਸਮਾਂ ਹੈ ਚਾਂਸ? ਹਾਂਜੀ ਇੱਕ ਹੋਊਗਾ ਪੂਰਾ ਪੰਜਾਬ ਸਾਡਾ, ਪੰਜਾਬ ਦੇ ਲੋਕਾਂ ਦਾ ਏਕਾ ਜੀ ਬਿਲਕੁਲ। ਔਰ ਪਾਰਟੀ ਖੈਰਾ ਸਾਹਿਬ ਉਹ ਛੱਡੋ ਜੀ, ਆਹ ਤੁਹਾਨੂੰ ਲੱਗਦਾ ਖੈਰੇ ਵਾਲੀ ਕੋਈ ਗੱਲ ਹੈ ਯਾਰ, ਕੋਈ ਚਾਹੀਦਾ ਸਵਾਲ ਕਰ ਯਾਰ, ਛੱਡ ਖੈਰਾ ਲੱਭਣ ਡਿਆ ਹਿੰਦੁਸਤਾਨ ਦੀ ਸਿਆਸਤ ਬਲਣ ਦੀ, ਤੈਨੂੰ ਕਹਿੰਦੇ ਨਹੀਂ ਪਈ ਛੱਡ ਯਾਰ, ਗੱਲਾਂ ਹੋ ਗਈਆਂ। ਤੁਸੀਂ ਵੇਖ ਰਹੇ ਸਾਰੇ ਇਸ ਵੇਲੇ ਇਹ ਸਭ ਜਿੰਨੇ ਵੀ ਸ਼ਖਸ ਖੜ੍ਹੇ ਆ ਅਹਿਮ ਸ਼ਖਸੀਅਤਾਂ ਨੇ ਆਮ ਆਦਮੀ ਪਾਰਟੀ ਦੀਆਂ, ਔਰ ਬੇਹੱਦ ਅੰਮ੍ਰਿਤਸਰ ਦੇ ਵਿੱਚ ਖੁਸ਼ੀ ਮਨਾ ਰਹੇ ਆ ਕਿ ਲੋਕਾਂ ਦੀ ਜਿੱਤ ਹੋਈ ਆ ਔਰ ਸੱਚਾਈ ਦੀ ਜਿੱਤ ਹੋਈ ਆ, ਕੰਮਾਂ ਦੀ ਜਿੱਤ ਹੋਈ ਆ, ਇਹ ਲੋਕਾਂ ਦਾ ਇੱਥੋਂ ਵਿਸ਼ਵਾਸ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਲੋਕਾਂ ਦਾ ਇਹ ਵਿਸ਼ਵਾਸ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਬਹੁਤ ਵੱਡਾ ਏਕਾ ਲੈ ਕੇ ਪੰਜਾਬ ਦੇ ਵਿੱਚ ਵੀ ਆ ਰਹੀ ਆ ਔਰ ਪੰਜਾਬ ਦੇ ਵਿੱਚੋਂ ਵੀ ਉਸੇ ਤਰ੍ਹਾਂ ਜਿੱਤ ਹੋਊਗੀ ਜਿਸ ਤਰ੍ਹਾਂ ਕਿ ਪੂਰੀ ਦਿੱਲੀ ਦੇ ਵਿੱਚ ਜਿੱਤ ਹੋਈ ਆ, ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿੱਤ ਹੋਊਗੀ। ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ ਏ ਕੌਮ ਟੀਵੀ ਅੰਮ੍ਰਿਤਸਰ।